ਤੋਂਗਾਲੀ ਦੇ ਵਿੱਚ ਆ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿਆ ਕਿ ਕਿਸ ਘਰ ਦੇ ਵਿੱਚ ਉਹ ਲੜਕੀ ਰਹਿੰਦੀ ਸੀ ਔਰ ਕਿਸ ਜਗ੍ਹਾ ਤੇ ਵਾਰਦਾਤ ਸੀ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਉਹ ਸਾਹਮਣੇ ਗੜਾ ਤੁਹਾਨੂੰ ਘਰ ਨਜ਼ਰ ਆ ਰਿਹਾਗਾ ਇਸ ਘਰ ਦੇ ਵਿੱਚ ਗੜੇ ਲੜਕੀ ਦਾ ਪਰਿਵਾਰ ਰਹਿੰਦਾ ਸੀ ਔਰ ਕਿਤੇ ਨਾ ਕਿਤੇ ਮੰਦਭਾਗੀ ਘਟਨਾ ਇਸ ਪਿੰਡ ਦੇ ਵਿੱਚ ਹੋਈ ਹੈ ਖੇਤਾਂ ਦੇ ਵਿੱਚ ਇਹ ਬੈਠੇ ਨੇ ਤੁਸੀਂ ਇਸ ਸਾਈਡ ਵੀ ਦੇਖ ਲਓ ਕਿ ਇੱਧਰ ਵੀ ਤੁਹਾਨੂੰ ਖੇਤ ਹੈ ਗੜੇ ਉਹ ਨਜ਼ਰ ਆ ਰਹੇ ਹੋਣਗੇ ਔਰ ਖੇਤਾਂ ਦੇ ਵਿੱਚ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ 2 ਸਾਲ ਪਹਿਲਾਂ ਕਰੀਬ ਕੋਟ ਮੈਰਜ ਇਸ ਲੜਕੀ ਨੇ ਕਰਵਾਈ ਸੀ ਔਰ ਮੁੰਡਾ ਸੀ ਗੜਾ ਉਹ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੱਸਿਆ ਜਾ ਰਿਹਾ ਹਾਲਾਂਕਿ 2 ਸਾਲ ਇਹ ਅਲੱਗ-ਅਲੱਗ ਰਹੇ ਇਹ ਲੜਕੀ ਲੜਕੇ ਦੇ ਘਰੇ ਨਹੀਂ ਗਈ ਇਹ ਘਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਸ ਘਰ ਦੇ ਵਿੱਚ ਇਹ ਲੜਕੀ ਰਹਿੰਦੀ ਸੀਗੀ ਔਰ ਘਰ ਤੋਂ ਬਾਹਰ ਹੈ ਜਿਹੜਾ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਐਸਾਈਡ ਦੇਖਦੇ ਹੋ ਐਸਾਈਡ ਤੁਹਾਨੂੰ ਖੇਤ ਨਜ਼ਰ ਆ ਰਿਹਾ ਉਹ ਖੇਤਾਂ ਦੇ ਸਾਹਮਣੇ ਕਿਹੜੀ ਪਈ ਹੈ ਉਸ ਪਈ ਦੇ ਉੱਪਰ ਇਸ ਕਤਲ ਦੀ ਅੰਜਾਮ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਹੈ ਜਿਹੜੀ ਉਹ ਇਸ ਮਾਮਲੇ ਨੂੰ ਲੈ ਕੇ ਕਰੀਬ 12:30 1 ਵਜੇ ਪ੍ਰੈਸ ਕਾਨਫਰੰਸ ਹੈ ਉਹ ਇਸ ਮਾਮਲੇ ਨੂੰ ਲੈ ਕੇ ਕਰੇਗੀ ਪਰ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਦੋ ਕਰੀਬ 2 ਸਾਲ ਪਹਿਲਾਂ ਕੋਟ ਮੈਰਿਜ ਸੀ ਇਹਨਾਂ ਦੀ ਹੋ ਗਈ ਸੀਗੀ ਹਾਲਾਂਕਿ ਪਿੰਡ ਦੇ ਲੋਕ ਜ਼ਿਆਦਾ ਨਹੀਂ ਬੋਲ ਰਹੇ ਕਿਉਂਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਘਟ ਜੇ ਤਾਂ ਜਾਹਿਰ ਤੌਰ ਤੇ ਕੋਈ ਵੀ ਪੱਖ ਹੈ ਉਹ ਨਹੀਂ ਬੋਲੇਗਾ ਪਰ ਪਿੰਡ ਦੇ ਲੋਕ ਇਹ ਜਰੂਰ ਕਹਿ ਰਹੇ ਕਿ ਬੜੀ ਮੰਦਭਾਗੀ ਘਟਨਾ ਕੱਟੀ ਹੈ ਬਾਈ ਜੀ ਬੜੀ ਮੰਦਭਾਗੀ ਘਟਨਾ ਕੱਢੀ ਪਿੰਡ ਦੇ ਵਿੱਚ ਮਾਹੌਲ ਕੀ ਹੈ ਪਿੰਡ ਦੇ ਵਿੱਚ ਕਿੰਨਾ ਸੋਗ ਹੈ ਬਹੁਤ ਸੋਗ ਹੈ ਜੀ ਬਸ ਮਾੜੀ ਗੱਲ ਹੋਈ ਜੀ ਬਸ ਤੁਹ ਜੋ ਵੀ ਹੋਇਆ ਮਾੜਾ ਕੰਮ ਹੀ ਹੋਇਆ ਜੀ ਇਹ ਕੀ ਲੱਗਦਾ ਦੋ ਜਣੇ ਦੀ ਜਾਨ ਚਲੇਗੀ ਕਿੰਨਾ ਕੁ ਨਾ ਪੂਰਾ ਹੋਣ ਵਾਲਾ ਘਾਟਾ ਦੋਨੇ ਪਰਿਵਾਰਾਂ ਨੂੰ ਬਈ ਬਹੁਤ ਘਾਟਾ ਪੈ ਗਿਆ ਜੀ ਉਹਨੇ ਪੂਰਾ ਹੋਣ ਵਾਲੀ ਗੱਲ ਤਾਂ ਕਿੱਥੇ ਆ ਜੀ ਇਹ ਬਹੁਤ ਮਾੜੀ ਗੱਲ ਹੋਈ ਜੀ ਤੁਹਾਨੂੰ ਬਈ ਕਦੋਂ ਪਤਾ ਲੱਗਿਆ ਕਿ ਐਡੀ ਵੱਡੀ ਘਟਨਾ ਘਟ ਗਈ ਹੈ ਪਿੰਡ ਦੇ ਵਿੱਚ ਇਹ ਮੇਰੇ ਖਿਆਲ ਟਾਣੀਆਂ ਨੇ ਬਾਰ ਬਾਰ ਬੈਠੇ ਪਿੰਡ ਦੇ ਹਾਂ ਜੀ ਉਹ ਟਾਣੀਆਂ ਆ ਜੀ ਇਹ ਖੇਤਾਂ 'ਚ ਬਾਰ ਬਾਰ ਰਹਿੰਦੇ ਜੀ ਇੱਧਰ ਅੱਛਾ ਇਹ ਦਸ਼ਮੇਸ਼ ਨਗਰ ਵੱਜਦਾ ਜੀ ਇੱਧਰ ਇਹ ਤੇ ਇਹ ਹੋ ਸੀਗਾ ਜੀ ਬਸ 8-9 ਸਾਢੇ 8 ਦਾ ਟਾਈਮ ਸੀਗਾ ਜੀ ਨੌਕ ਦਾ ਜਦੋਂ ਪਤਾ ਅੱਛਾ ਮੁੰਡਾ ਪਹਿਲਾਂ ਵੀ ਆਉਂਦਾ ਸੀ ਕਹਿੰਦੇ ਘਰ ਇਹਦਾ ਸਾਹਮਣੇ ਸੀ ਉਸ ਤੋਂ ਬਾਅਦ ਬਹਿੰਡੇ ਰਹਿਣ ਲੱਗ ਗਿਆ ਕਹਣੀ ਕੀ ਸੀ ਇਹ ਇਹਨਾਂ ਦਾ ਜੀ ਆਪਾਂ ਨੂੰ ਪਤਾ ਨਹੀਂ ਹੈਗਾ ਜੀ ਬਸ ਐ ਜੀ ਸਾਨੂੰ ਪਤਾ ਹੈ ਜੀ ਫਿਰ ਬਾਹਲਾ ਪੱਖਸ਼ ਕਹਿ ਨਹੀਂ ਸਕਦੇ ਜੀ ਹੂੰ ਗਵਾੜ ਮੱਥਾ ਹੈਗਾ ਜੀ ਪਰ ਸਾਰਾ ਦੇਖਣਾ ਪੈਂਦਾ ਜੀ ਬਿਲਕੁਲ ਪਿੰਡ ਦੇ ਲੋਕ ਨੇ ਪਿੰਡ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਤਾਂ ਕੋਈ ਵੀ ਹੈ ਉਹ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਖੁੱਲ ਕੇ ਜ਼ਿਆਦਾ ਨਹੀਂ ਬੋਲਦੇ ਆਪਾਂ ਘਰ ਦੇ ਅੰਦਰ ਵੀ ਦਾਖਲ ਹੁੰਨੇ ਘਰ ਦੇ ਵਿੱਚ ਵੇਖਦੇ ਆ ਕਿ ਆਖਿਰ ਘਰ ਦੇ ਵਿੱਚ ਮਾਹੌਲ ਕੀ ਹੈ ਘਰ ਦੇ ਵਿੱਚ ਬੜਾ ਸੋਗ ਦਾ ਮਾਹੌਲ ਹੈ ਕਿਉਂਕਿ ਜਦੋਂ ਦੋ ਜੀਆਂ ਦਾ ਨਾ ਪੂਰਾ ਹੋਣ ਵਾਲਾ ਘਟਾ ਜਰੂਰ ਹੁੰਦਾ ਹੈਗਾ ਪਰਿਵਾਰ ਦੇ ਲੋਕ ਬੈਠੇ ਨੇ ਹਾਲਾਂਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਪਰਿਵਾਰ ਨੂੰ ਸਵਾਲ ਕਰਦੇ ਹਾਂ ਉਹ ਸਵਾਲ ਕਰਦੇ ਵੀ ਠੀਕ ਨਹੀਂ ਲੱਗਦੇ ਵਧੀਆ ਨਹੀਂ ਲੱਗਦੇ ਪਰ ਘਰ ਦੇ ਵਿੱਚ ਹਾਲਾਤ ਕੀ ਨੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਘਟੀ ਹੈ ਤਾਂ ਜਾਹਿਰ ਤੌਰ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਹਾਲਾਂਕਿ ਜਿਹੜੇ ਆਸ ਪੜੋਸ ਵਾਲੇ ਲੋਕ ਨੇ ਜਿਆਦਾ ਖੁੱਲ ਕੇ ਨਹੀਂ ਬੋਲ ਰਹੇ ਕਿਉਂਕਿ ਦੋ ਲੋਕਾਂ ਦਾ ਚਲਾ ਜਾਣਾ ਦੋ ਲੋਕਾਂ ਦਾ ਦੁਨੀਆ ਤੋਂ ਚਲਾ ਜਾਣਾ ਆਪਣੇ ਆਪ ਦੇ ਵਿੱਚ ਨਾਪੂੜਾ ਹੋਣ ਵਾਲਾ ਕਟਾ ਜਰੂਰ ਹੈ ਘਰ ਦੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ ਕਿੱਡੀ ਮਾੜੀ ਘਟਨਾ ਘਟ ਗਈ ਜੀ ਪਿੰਡ ਦੇ ਵਿੱਚ ਕਿਵੇਂ ਦੇਖਦੇ ਹੋ ਇਹਨੂੰ ਹਈ ਹੈ ਮਾੜੀ ਘਟਨਾ ਤਾਂ ਜੀ ਹੋ ਗਈ ਆ ਹਾਂ ਹੂੰ ਇਹਦਾ ਨੂੰ ਪਰਮਾਤਮਾ ਨੂੰ ਪਤਾ ਜੀ ਆਪਾਂ ਨੂੰ ਤਾਂ ਕੀ ਪਤਾ ਲੱਗਦਾ ਹਨਾ ਕਿ ਇਹਨਾਂ ਨਾਲ ਬਣੀ ਆ ਕੀ ਨਹੀਂ ਬਣੀ ਹੂੰ ਤੇ ਕਿੰਨੇ ਕ ਮਹੀਨੇ ਦੀ ਗੱਲ ਹੈ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਘਟਨਾ ਘਟ ਗਈ ਦੋ ਲੋਕਾਂ ਦਾ ਕਤਲ ਹੋ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਦਿਰ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਬਿਮਾਰ ਆ ਮੈਂ ਤਾਂ ਹੁਣ ਵੀ ਬਿਮਾਰ ਆ ਮੈਂ ਤਾਂ ਆਪਾਂ ਮੈਂ ਹੁਣ ਵੀ ਟੈਸਟ ਕਰਾ ਲਵਾਂ ਮੈਂ ਤਾਂ ਹੁਣ ਵੀ ਦੇਖੂ ਮੀ ਆਂਦੀ ਆ ਹਾਂ ਐਵੇਂ ਆਪਾਂ ਕਹਦੀ ਆ ਮੈਂ ਤਾਂ ਦਵਾਈਆਂ ਲਵਾ ਕੇ ਟੀਕੇ ਲਵਾ ਕੇ ਮੈਂ ਤਾਂ ਪਾਈਗੀ ਮੇਰੇ ਤਾਂ ਹੁਣ ਵੀ ਦੇਖੂ ਮੀ ਆਂਦੀ ਆ ਅੱਛਾ ਪਹਿਲਾ ਮੁੰਡਾ ਆਉਦਾ ਕਰਦਾ ਸੀ ਤਾਂ ਸਾਹਮਣੇ ਰਹਿੰਦਾ ਸੀਗਾ ਨਹੀਂ ਆਪਣੇ ਨਹੀਂ ਮੈਂ ਨਾ ਮੈਂ ਹੀ ਨਹੀਂ ਦੇਖਿਆ ਜੀ ਉਹ ਮੁੰਡਾ ਵੀ ਨਹੀਂ ਮੈਂ ਤਾਂ ਦੇਖਿਆ ਮੈਂ ਤਾਂ ਪਿੰਡ ਚੋਂ ਆਈ ਆ ਹੁਣ ਹਾਂ ਐਵੇਂ ਕਹਦੀ ਆ ਮੈਂ ਮੁੰਡਾ ਵੀ ਨਹੀਂ ਦੇਖਿਆ ਮੈਂ ਤਾਂ ਪਿੰਡ ਚੋਂ ਆਈ ਸੀਗੀ ਐਵੇਂ ਆਪਾਂ ਗੱਪ ਨਹੀਂ ਵਾਦਦੇ ਪੰਜ ਜੀ ਪਤਾ ਲੱਗਿਆ ਕਿੰਨੇ ਵਜੇ ਦੀ ਘਟਨਾ ਘਟੀ ਆ ਤੁਹ ਬਈ ਫੋਨ ਨਾ ਨਾ ਦਾ ਤਾਂ ਹੋਣਗੀ ਨੌਕ ਦਾ ਟਾਈਮ ਤਾਂ ਹੋ ਹੋ ਅੱਛਾ ਨੌਕ ਦਾ 10 10 ਹੂੰ ਇਹ ਮੁੰਡਾ ਉਹਦਾ ਟੀਕਾ ਲਾਉਣ ਗਿਆ ਸੀਗਾ ਤੇ ਇਹ ਡੱਕਿਆ ਸੀ ਸਰਾ ਦਾ ਪਹਿਲਾਂ ਇੱਥੇ ਗੱਡੀ ਲੈ ਕੇ ਆਇਆ ਕਹਿੰਦੇ ਇਹ ਹੂੰ ਤੇ ਇਥੋਂ ਮੋੜ ਕੇ ਜਿੱਦੋਂ ਕੋਤੇ ਉਹ ਹੋਇਆ ਮੁੰਡੇ ਨੂੰ ਬਾਹਰ ਲਿ끌 ਕੇ ਗਾਲ ਦਿੱਤੀ ਹੈ ਹੂੰ ਗਾਲ ਦੇਣਾ ਝਗੜਾ ਤਾਂ ਚਾਹ 4 ਸਾਲ ਹੋ ਗਏ ਸੀ ਚੱਲਦੇ ਇਹਨੂੰ ਹੂੰ ਲੋਕਡਾਊਨ ਤੇ ਹਾਂ ਹਾਂ ਇਹਨੂੰ ਪਤਾ ਹੁਣ 4 ਸਾਲ ਹੀ ਹੋਗੇ ਹੋਣਗੇ ਉਹ ਬੋਦਲੇ ਨਾ ਮੁੰਡਾ ਆਇਆ ਸੀ ਅਮੀ ਕਹਿੰਦੀ ਇੱਧਰ ਨਾ ਕੁੜੀ ਆਈ ਇਹ ਕੁੜੀ ਤਾਂ ਗਈ ਇਹ ਕੁੜੀ ਤਾਂ ਕਹਿੰਦੀ ਸਾਦੇ ਮਾਪਿਆਂ ਨੂੰ ਜੇ ਤੋਰੋਂਗੇ ਤਾਂ ਜਾਉਣੇ ਮੈਂ ਜਾਂਦੀ ਨਹੀਂ ਨਾਲੇ ਕਹਿੰਦੇ ਵਿਆਹ ਕਰਾ ਲਿਆ ਸੀ ਕੋਟ ਮੈਰਿਜ ਕਰਾ ਲਈ ਸੀ ਕਰਾ ਲਿਆ ਸੀ ਕੁੜੀ ਬਹੁਤ ਨਰਮ ਸੀ ਬਸ ਜਿਹੜਾ ਪਾਣਾ ਹੁਣ ਅਸੀਂ ਹੋ ਗਿਆ ਉਹ ਤੋਂ ਮੁੜ ਕੇ ਕਹਿੰਦੀ ਮੈਂ ਨਹੀਂ ਜਾਂਦੀ ਸ਼ਰਮ ਮੰਨ ਗਈ ਇਸ ਗੱਲ ਅੱਛਾ ਹਾਂ ਕੇਰਾ ਵਿਆਹ ਕਰਾ ਕੇ ਕਰੇ ਆ ਗਈ ਮੁੰਡਾ ਪੁਲਿਸ ਚਾਹ ਮੇਰੇ ਖਿਆਲ ਚ ਪੁਲਿਸ ਹੀ ਮੁੰਡਾ ਹਾਂ ਉਹਦੀ ਭੈਣ ਵੀ ਪੁਲਿਸ ਚਾਹ ਮੁੰਡਾ ਹੀ ਪੁਲਿਸ ਚਾਹ ਪ੍ਰਾਣੀ ਤਿੰਨੇ ਜਣੇ ਆ ਤਿੰਨੇ ਭੈਣ ਪ੍ਰਾਪ ਪੁਲਿਸ ਸੀਗੀ ਹਾਂ ਤੇ ਬੱਸ ਟਿਕਟ ਕਿਆ ਹੋ ਗਿਆ ਸੀ ਹੁਣ ਕਹਿੰਦੀ ਸੀ ਬਸ ਆ ਰਾਤ ਫਿਰ ਇੱਧੇ दारू ਪੀ ਕੇ ਹੂੰ ਤੇ दारू ਪੀ ਕੇ ਇਧਰ ਮੁੜਾ ਕਹਿੰਦੀ ਆ ਗਿਆ ਮੁਰਕ ਉੱਧਰ ਲੜ ਬਲੂਪੇ ਕੁੜੀ ਕੀ ਕਰਦੀ ਸੀ ਜੋਬ-ਜੂਬ ਕਰਦੀ ਸੀ ਕੁੜੀ ਪੜਦੀ ਸੀ ਇਹ ਲੋਕ ਜਾਣਨਾ ਚਾਹੁੰਦੇ ਕੀ ਕਰਦੀ ਸੀ ਬੇਟੀ ਡਿਊਟੀ ਕਰਦੀ ਸੀ ਸਰਕਾਰੀ ਕੁੜੀ ਹਾਂ ਡਿਊਟੀ ਤੇ ਲੱਗ ਗਈ ਸੀ ਹੁਣ ਆ ਇਹਦੇ ਚ ਡਾਕਟਰੀ ਦੇ ਚ ਅੱਛਾ ਸਰਕਾਰੀ ਮੁਲਾਜ਼ਮ ਇਸ ਕੁੜੀ ਵੀ ਹਾਂ ਹਾਂ ਹੁਣੇ ਹੀ ਲੱਗੀ ਸੀਗੀ ਅੱਛਾ ਛੇ ਮਹੀਨੇ ਹੋ ਗਏ ਲੱਗੀ ਇਹਨੂੰ ਹੂੰ ਤੇ ਹੁਣ ਜਾਣ ਲੱਗ ਗਈ ਸੀਗੀ ਪਹਿਲਾਂ ਘਰੇ ਰਹਿ ਕੇ ਪੜ੍ਹਦੀ ਰਹੀ ਜਿਵੇਂ ਇਹ ਪਾਣਾ ਬਣ ਗਏ ਨੇ ਨਾ ਲੱਗਦਾ ਨਹੀਂ ਵੀ ਕਿਸੇ ਦਾ ਮਾਰਨਾ ਹੱਲ ਨਹੀਂ ਲੱਗਦਾ ਨਹੀਂ ਬੈਠ ਕੇ ਏਸੀ ਨੂੰ 16 ਸਪਾਈ ਹੋ ਜਾਂਦੀ ਪੰਚਾਇਤੀ ਬੈਠ ਜਾਂਦੇ ਘਰ ਦੇ ਲੋਕ ਬੈਠ ਜਾਂਦੇ ਬਈ ਨਾ ਤਾਂ ਇਹਨੇ ਮੰਨ ਲਈ ਕੁੜੀ ਨੇ ਕੁੜੀ ਨੇ ਸ਼ਰਮ ਹੀ ਇੰਨੀ ਮੰਨ ਲਈ ਕਹਿੰਦੀ ਮੈਂ ਕਿਰੋਂ ਜਾਣੇ ਜੇ ਤਾਂ ਤੋਰੋਂਗੇ ਤਾਂ ਜਾਉ ਨਹੀਂ ਜਾਂਦੇ ਸ਼ਰਮ ਹੀ ਮੰਨ ਗਈ ਨਹੀਂ ਦੋਨਾਂ ਨੂੰ ਮਾਰਤਾ ਮੁੰਡੇ ਨੂੰ ਮਾਰਤਾ ਕੁੜੀ ਨੂੰ ਮਾਰਤਾ ਉਹਦੇ ਭਰਾਵਾਂ ਨੇ ਮਾਰਤਾ ਭਰਾਣੇ ਮਾਰਤਾ ਲੱਗਦਾ ਨਹੀਂ ਵੀ ਜੇ ਬੈਠ ਕੇ ਪੰਚਾਇਤੀ ਜਾਂ ਭਰਾਪੇ ਤੌਰ ਤੇ ਗੱਲਬਾਤ ਹੋ ਜਾਂਦੀ ਵਧੀਆ ਨਹੀਂ ਸੀ ਹਾਂ ਨੇ ਬਾਹਰੋਂ ਸੀ ਹੂੰ ਬਸ ਇਹਨਾਂ ਦੇ ਲੇਖਤਕਾਰ ਕੁੜੀ ਵਸੇ ਹੀ ਸ਼ਰਮ ਮੰਨੀ ਆਉਣੋ ਜਣ ਹਟ ਗਿਆ ਸੀ ਮੁੰਡਾ ਹਾਂ ਯਾ ਤਾਂ ਹੁਣ ਭਾਈ ਨਿਮੇੜ ਲੈਂਦੇ ਇੱਕ ਪਾਸਾ ਗੱਲ ਕਰ ਮੁੰਡੇ ਨੇ ਇਧਰ ਅਰੱਜ ਕੀ ਆ ਗਿਆ ਹੂੰ ਰੱਬ ਜਾਣੇ ਕੁੜੀ ਨੂੰ ਲੈਣ ਕੁੜੀ ਨੂੰ ਲੈਣ ਆਉਂਦਾ ਸੀ ਕਿ ਕਿਵੇਂ ਕਰਦਾ ਧੱਕਾ ਕਰਦਾ ਆ ਕਿ ਹੂੰ ਮੁੜ ਗਿਆ ਉਹ ਕੁਛ ਅੱਛਾ ਪਹਿਲਾਂ ਕਦੋਂ ਵੇਖਿਆ ਸੀ ਕਦੋਂ ਪਹਿਲਾਂ ਆਇਆ ਸੀ ਇੱਥੇ ਕੁੜੀ ਨੂੰ ਮਿਲਣ ਆਇਆ ਸੀ ਪਹਿਲਾਂ ਨਹੀਂ ਨਾ ਇੱਥੇ ਨਹੀਂ ਆਇਆ ਰਾਹ ਦੀ ਆਇਆ ਲਾ ਉਹਨੇ ਪਾਣਾ ਬਣ ਗਿਆ ਹੂੰ ਕਿਹੜਾ ਮੁੜ ਗਿਆ ਕਹਿੰਦੇ ਗੱਡੀ ਲੈ ਕੇ ਸੁਣਦੇ ਗੱਲਾਂ ਵੀ ਕਿਹੜਾ ਮੁੜ ਗਿਆ ਇੱਥੋਂ ਕਹਿੰਦੇ ਤੇ ਮੁੜ ਕੇ ਫੇਰ ਉਧਰ ਮੁੰਡੇ ਨੂੰ ਟੱਕਰਿਆ ਤਾਂ ਮੁੰਡਾ ਟੀਕੇ ਲਾਉਣ ਗਿਆ ਸੀ ਉਧਰ ਐਡੀ ਵੱਡੀ ਵਾਰਦਾਤ ਪਿੰਡ 'ਚ ਤੁਹਾਡੇ ਮੱਲੇ 'ਚ ਵਰਤੀ ਹੈ ਕਹਿੰਦੇ ਤੜ हां किसे दिन सारा ਪੰਡਾ ਮੁੜੀ ਜਾਂਦਾ ਸਾਰੇ ਸਾਰੇ ਇੱਥੇ ਤਾਂ ਹੁਣ ਰਾਤ ਦਿਨਾਂ ਦੇ ਘਰੇ ਬੈਠੇ ਹੈਗੇ ਵੀ ਕੋਈ ਹੋਰ ਨਾ ਸਾਨੂੰ ਪੁਲਿਸ ਵਾਲੇ ਵੀ ਕਹਿਗੇ ਵੀ ਜਿੰਦੇ ਲਾ ਦੇ ਲਿਆ ਲਿਆ ਵੀ ਕੋਈ ਹੋਰ ਨਾ ਪਾਣਾ ਬਣ ਜੇ ਕੋਈ ਚੀਜ਼ ਚੱਕੀ ਜਾਵੇ ਕੋਈ ਹੋਰ ਹੋ ਹੋ ਜੇ ਵੀ ਤੁਸੀਂ ਬੈਠੀਆਂ ਰਹੋ ਐਵੇਂ ਜੱਕਰੀ ਆ ਮੁੜੀਆਂ ਦੇ ਪਿੰਡ ਚ ਬਹੁਤ ਸਾਡੇ ਤਾਂ ਇਹ ਵਾਕਈ ਨਹੀਂ ਸੀ ਤੁਸੀਂ ਗਵਾਂਢ ਚੋਂ ਗਵਾਂਢ ਚ ਰਹਿੰਦੇ ਹੋ ਹਾਂ ਅਸੀਂ ਸਾਡੇ ਕਿਵੇਂ ਦੇਖਦੇ ਪੈਣੇ ਇਸ ਘਟਨਾ ਨੂੰ ਕਿੱਡੀ ਏਡੀ ਵੱਡੀ ਘਟਨਾ ਘਟੀ ਹੈ ਪਿੰਡ ਦੇ ਵਿੱਚ ਕਿਵੇਂ ਕਿਵੇਂ ਦੇਖਦੇ ਹੋ ਕਿੱਡੀ ਮੰਦ ਭਾਗੀ ਘਟਨਾ ਹੈ ਦੋ ਜੀਆਂ ਦਾ ਚਲਾ ਜਾਣਾ ਦੁਨੀਆ ਤੋਂ ਬਸ ਜੀ ਕੁਝ ਕਹਿ ਨਹੀਂ ਸਕਦੇ ਕਿ ਜਦੋਂ ਆ ਲੱਗੀ ਤੇ ਵੈਸੇ ਮਲਾਜ਼ਮ ਸੀਗਾ ਜੇ ਕੋਈ ਪਹਿਲਾਂ ਗੱਲ ਕਰਦਾ ਉਹ ਆਕੇ ਇਹਨਾਂ ਨੂੰ ਉਨਬੜ ਲੈਂਦਾ ਵੀ ਮਲਾਜ਼ਮ ਬੰਦਾ ਸੀਗਾ ਗੱਲ ਕਰ ਵੀ ਜਦੋਂ ਦਾਰੂ ਪੀਤੀ ਚ ਆ ਗਿਆ ਬਸ ਦਾਰੂ ਪੀਤੀ ਚ ਮੁੰਡੇ ਉਟੀਕਾ ਲਾਉਣ ਗਿਆ ਸੀ ਡਾਕਟਰ ਕਿ ਆ ਕੇ ਉਹਨੇ ਆਹ ਕੰਮ ਕਰਤਾ ਕੋਈ ਬਾਹਰ ਨਿਕਲ ਕੇ ਬਰਨ ਕੇ ਖੜ ਗਿਆ ਪਰਿਵਾਰ ਬਾਲਾ ਸਿਆਣਾ ਸੀ ਪੜਿਆ ਲਿਖਿਆ ਸੀਗਾ ਇੱਜ਼ਤਦਾਰ ਬੰਦੇ ਸੀਗੇ ਨਹੀਂ ਜਰਿਆ ਗਿਆ ਅੱਛਾ ਦੋਨੇ ਮੁਲਾਜ਼ਮ ਸੀ ਮੁੰਡਾ ਪੁਲਿਸ ਚ ਲੱਗਿਆ ਸੀ ਕੁੜੀ ਡਾਕਟਰ ਸੀ ਜੀ ਐ ਡਾਕਟਰੀ ਲਾਈਨ ਸੀ ਕਿੱਥੇ ਸੀ ਕਿ ਨਰਸੀ ਕੁੜੀ ਕੁੜੀ ਨਰਸ ਸੀ ਜੀ ਸਰਕਾਰੀ ਨਰਸ ਸੀਗੀ ਡਾਕਟਰੀ ਲਾਈਨ ਸੀਗੀ 3 ਮਿੰਟ 6 ਮੀ ਨੇ ਹੋ ਗਏ ਉਹਨੂੰ ਡੈਉਟੀ ਜਾਂਦੀ ਨੂੰ ਕੋਈ ਗੱਲ ਨਹੀਂ ਸੀਗੀ ਵਧੀਆ ਭਰਾ ਚੜਾਕੇ ਲਿਆਉਂਦੇ ਸੀਗੇ ਵਧੀਆ ਜਾਂਦੀ ਸੀ ਚੜਾਕੇ ਆਉਂਦੇ ਸੀ ਬਸ ਬਸ ਤੇ ਆਉਂਦੀ ਸੀ ਕੋਈ ਗੱਲ ਹੀ ਨਹੀਂ ਸੀ ਜਿਹੇ ਜੀ ਮੁੰਡੇ ਦਾ ਵੀ 4 ਸਾਲ ਹੋ ਗਏ ਸੀ ਕਦੇ ਆਪਾਂ ਦੇਖਿਆ ਨਹੀਂ ਪਿੰਡ ਚੋਂ ਦਾ ਉਸ ਤੋਂ ਬਾਅਦ ਜਦੋਂ ਇੱਥੇ ਜਾਵੜੇ ਉਹ ਘਰ ਛੱਡ ਕੇ ਬਾਗੇ ਕੋਠੀ ਆਵਦੀ ਉਸ ਤੋਂ ਬਾਅਦ ਕਦੇ ਵੀ ਨਹੀਂ ਉਹ ਆਇਆ ਇੱਥੇ ਬਸ ਰਾਤ ਦਾਰੂ ਪੀਤੀ ਦੇ ਵਿੱਚ ਕਿਤੇ ਆ ਗਿਆ ਤੇ ਬਸ ਉਹ ਕੁਦਰਤੀ ਕਿਤੇ ਮੁੰਡਾ ਟੱਕਰ ਗਿਆ ਤੇ ਉਹਨੂੰ ਰੋਕ ਕੇ ਉਹਨੇ ਮੁਰੇ ਕਹਿਤਾ ਵੀ ਕਹਿੰਦਾ ਮੇਰਾ ਤੁਸੀਂ ਕੀ ਕਰ ਲੋਂਗੇ ਸੋਨੂ ਪਤਾ ਜੀ ਫਿਰ ਜਦਾਈ ਹੋਈ ਏ ਸ਼ਰਾਬ ਪੀਤੀ ਸੀ ਸ਼ਰਾਬ ਪੀਤੀ ਜਮਨ ਲਾ ਵੀ ਇਹ ਘਟਨਾ ਘਟ ਬਸ ਆਹੀ ਗੱਲ ਹੋਈ ਹੋਊਗੀ ਜੀ ਵੀ ਤੁਸੀਂ ਮੇਰਾ ਕੀ ਕਰ ਲਓਗੇ ਜਾਂ ਬਾਹਰ ਨਿਕਲ ਕੇ ਗੱਡੀ ਦੇ ਉਹ ਸੁਣਦੇ ਆ ਜੀ ਹੁਣ ਜੋ ਕੋਲੇ ਹੁੰਦੇ ਫਿਰ ਬੱਸ ਲੱਗਦਾ ਨਹੀਂ ਵੀ ਜੇ ਬੈਠ ਕੇ ਸੋਲਾ ਸੁਪਾਈ ਹੋ ਜਾਂਦੀ ਪਰਿਵਾਰਾਂ ਦੀ ਦੋ ਜਾਣਿਆਂ ਦੀ ਮੌਤ ਨਹੀਂ ਹੋਣੀ ਸੀ ਦੋਵਾਂ ਦਾ ਕਤਲ ਨਹੀਂ ਹੋਣਾ ਲੱਗਦਾ ਤਾਂ ਲੱਗਦਾ ਤਾਂ ਹੈਗਾ ਜੀ ਹੁਣ ਐ ਕਿਹਨੇ ਵੀ ਕਿਸੇ ਮੁਲਾਜ਼ਮਾ ਨੂੰ ਭੇਜ ਦਿੰਦਾ ਮੁਲਾਜ਼ਮ ਬੰਦਾ ਸੀ ਕਿਸੇ ਮੁਲਾਜ਼ਮਾ ਨੂੰ ਭੇਜ ਦਿੰਦਾ ਵੀ ਮੇਰਾ ਆ ਰੌਲਾ ਚੱਲਦਾ ਜੀ 4 ਸਾਲ ਹੋ ਗਏ ਕੋਈ ਮੇਰਾ ਨਿਵੇੜੋ ਜਾਂ ਮੈਨੂੰ ਤਲਾਕ ਜਾਂ ਮੈਨੂੰ ਤਲਾਕ ਦਵਾਓ ਲੱਗਦਾ ਲੋਕਾਂ ਦੀ ਸੋਚ ਅਜੇ ਵੀ ਛੋਟੀ ਹੈ ਅਸੀਂ ਅਸਮਾਨ ਤੇ ਪਹੁੰਚ ਗਏ ਆ ਚੰਦ ਤੇ ਪਹੁੰਚ ਗਏ ਆ ਪਰ ਹਾਜੀ ਵੀ ਛੋਟੀਆਂ ਛੋਟੀਆਂ ਅੱਖ ਦੇ ਲਈ ਕਤਲ ਕਰ ਦੇਣਾ ਕਿੰਨਾ ਗੈਜਜ ਮੰਨਦੇ ਉਹਨੂੰ ਜਾਇਜਤਾ ਜੀ ਹੁਣ ਮੰਨਿਆ ਜਾਂਦਾਗਾ ਦੋਨੇ ਘਰ ਪੱਟੇ ਗਏ ਬਾਕੀ ਜਿਹੜੀ ਕੋਈ ਜਵਾਕਾਂ ਦੇ ਕੋਈ ਭੁਗਤਨੀ ਪਊਗੀ ਉਹ ਵੱਖਾ ਗੱਲ ਹੂੰ ਵੀ ਦੋਨੇ ਘਰ ਅਜੇ ਨਾ ਦਾ ਐਡਾ ਪਰਿਵਾਰ ਖਾਲੀ ਹੋ ਗਿਆ ਉਹਨਾਂ ਦਾ ਪਰਿਵਾਰ ਖਾਲੀ ਹੋ ਗਿਆ ਦੋਨੇ ਜੀ ਉਹ ਤਾਂ ਵੀ ਜਿਹੜਾ ਵਿਆਹ ਹੀ ਕਰਾ ਲਿਆ ਸੀਗਾ ਉਹ ਤਾਂ ਦੋਨੇ ਜਾਵੜੇ ਇਹਨਾਂ ਦਾ ਉਦੋਂ ਜ਼ਿਆਦਾ ਹੋ ਗਿਆ ਵੀ ਪਤਾ ਨਹੀਂ ਕੀ ਹੋ ਕੇ ਨਿਬੜੂਗਾ ਹਜੇ ਹੂੰ ਤੁਹਾਡਾ ਘਰ ਕਿੱਥੇ ਰਹਿ ਗਿਆ ਨਾਲ ਹੀ ਘਰ ਹੈ ਤੁਹਾਨੂੰ ਪਤਾ ਲੱਗਿਆ ਉਹਨੂੰ ਪਤਾ ਲੱਗਿਆ ਨਹੀਂ ਉਹਨੂੰ ਉਹਦੋਂ ਨਹੀਂ ਪਤਾ ਲੱਗਿਆ ਸਾਨੂੰ ਸਵੇਰੇ ਸਵੇਰੇ 3 ਵਜੇ ਪਤਾ ਲੱਗਿਆ ਹਾਂਜੀ ਸਾਨੂੰ ਤਾਂ ਸਵੇਰੇ 3 ਵਜੇ ਪਤਾ ਲੱਗਿਆ ਬਾਕੀ ਉਹਨਾਂ ਦਾ ਪਰਿਵਾਰੀ ਸੀ ਕੋਲੇ ਹੋਰ ਕੋਈ ਅਨਕਮਾਂਡ ਵੀ ਨਹੀਂ ਪਹੁੰਚਿਆ ਉਸ ਟਾਈਮ ਦੇ ਵਿੱਚ ਹਾਂਜੀ ਮੈਂ ਤਾਂ ਮੁੰਡਾ ਮੇਰੇ ਖਿਆਲ ਚ ਬਠੰਡੇ ਰਹਿੰਦਾ ਸੀ ਕਹਿੰਦੇ ਬਠੰਡੇ ਰਹਿੰਦਾ ਸੀ ਮੁੰਡਾ ਹੂੰ ਬਠੰਡੇ ਰਹਿੰਦੇ ਸੀ ਅੱਛਾ ਤਾਂ ਬਠੰਡੇ ਰਹਿੰਦੇ ਸੀ ਉਹ ਤਾਂ ਹ ਜਦ ਕਾਸਦਾ ਚੱਕਰ ਤਾਂ ਨੀ ਕੋਈ ਜਾਤੀ ਦੇ ਨੇ ਦੋਨੇ ਕਈ ਵਾਰ ਇਹ ਹੋ ਜਾਂਦਾ ਕਿ ਇਹ ਚੱਕਰ ਤਾਂ ਨੀ ਕੋਈ ਨਹੀਂ ਨਹੀਂ ਇੱਕੋ ਹੀ ਜਾਤੀ ਦੇ ਸੀ ਇੱਕੋ ਹੀ ਜਾਤੀ ਦੇ ਸੀ ਗੋਤ ਵੀ ਅੱਡੀ ਫਿਰ ਅਤਰਾਜ ਕੀ ਸੀ ਲੱਗਦਾ ਨਹੀਂ ਜੇ ਕੋਟ ਮੈਰਿਜ ਬੱਚੇ ਨੇ ਕਰਾ ਲਈ ਸੀ ਤਾਂ ਵਿਆਹ ਕਰਾ ਲੰਦੇ ਕੀ ਪਤਾ ਲੱਗਦਾ ਹੁਣ ਬਾਈ ਆਪਾਂ ਨੂੰ ਸਾਡੇ ਤਾਂ ਪਿੰਡ ਚ ਇਹ ਜੀ ਗੱਲ ਹੀ ਨਹੀਂ ਸੁਹੀ ਕਿਦੀ ਹਾਂ ਆ ਪਹਿਲੀ ਵਾਰ ਵਾਕਾ ਹੋਇਆ ਕਹੇ ਜਾਂ ਹੂੰ ਜਿਹੜਾ ਦੋਨਾਂ ਦਾ ਹੋ ਗਿਆ ਬੜੀ ਪਰਵਾਹ ਅੱਛਾ ਕਿੰਨਾ ਚਿਰ ਪਹਿਲਾਂ ਪਤਾ ਲੱਗੇ ਕਿੰਨਾ ਚਿਰ ਪਹਿਲਾਂ ਵਿਆਹ ਕਰਾਇਆ ਸੀ ਕਿੰਨੇ ਸਾਲ ਹੋ ਗਏ ਵਿਆਹ ਕਰੇ ਦੋ ਸਾਲ ਦਾ ਦੇ ਦਿਨ ਲੋਕਡਾਊਨ ਚ ਕਹਿੰਦੇ ਆ ਜੀ ਜਦੋਂ ਲੋਕਡਾਊਨ ਸੀ 4 ਸਾਲ ਹੋ ਗਏ 3 ਸਾਲ ਹੋ ਗਏ ਹੁੰਦੇ ਉਹ ਤੋਂ ਫਿਰ ਪਰਿਵਾਰ ਨੇ ਕੀ ਕੀਤਾ ਪਰਿਵਾਰ ਗੁੱਸੇ ਹੋਇਆ ਕੀ ਕਹਿੰਦੇ ਵੀ ਨਹੀਂ ਕਰਾਉਣਾ ਸੀ ਕੀ ਕੀ ਹੋਇਆ ਗੁੱਸੇ ਹੋਇਆ ਸੀ ਜੀ ਕਹਿੰਦੇ ਨਹੀਂ ਕਰਾਉਣਾ ਸੀ ਪਰ ਸਾਨੂੰ ਹਾਂ ਸਾਨੂੰ ਗੁੱਸੇ ਰਹੇ ਆ ਬਸ بس ਯਾਹੀ ਗੁੱਸੇ ਹੋ ਕੇ ਬਾਕ ਕੁੜੀ ਨੂੰ ਕਹਦਾ ਵੀ ਤੂੰ ਇਹ ਗਲਤ ਕਰ ਲਿਆ ਇਤੋਂ ਵੱਡੇ ਜਿਹਾ ਬੱਕ ਫਿਰਦੇ ਹਜੇ ਵਿਆਹਣ ਵਾਲੇ ਵੀ ਤੁਸੀਂ ਪੜ੍ਹੇ ਲਿਖੇ ਆ ਤੁਹਾਨੂੰ ਪੜ੍ਹਾਈ ਖਾਤਰਾ ਇੰਨਾ ਕੁਛ ਕਰਿਆ ਤੇਰੇ ਐਂ ਕਰਿਆ ਬਸ ਉਸੇ ਗੱਲ ਦੀ ਕੁੜੀ ਪਰੇਸ਼ਾਨ ਮੰਨ ਗਈ ਵੀ ਮੈਂ ਕੀ ਕਰ ਲਿਆ ਵੀ ਮੇਰਾ ਪਰਿਵਾਰ ਐਡਾ ਨਰਮ ਸੀ ਮੇਰਾ ਪਿਓ ਨਰਮ ਸੀ ਮੇਰੀ ਮਾਂ ਨਰਮ ਸੀ ਸਾਰਾ ਪਰਿਵਾਰ ਦੋ ਪਰ ਆ ਗਏ ਡਾਕਟਰ ਆ ਮੁੰਡਾ ਦੂਜਾ ਵਧੀਆ ਮਤਲਬ ਖੇਤੀਬੰਦੀ ਕਰਦਾਗਾ ਫਿਰ ਕੁੜੀ ਨੇ ਇਹ ठान ਲਿਆ ਕਿ ਮੈਂ ਨਹੀਂ ਜਾਣਾ ਇਹ ਦੇ ਹਾਂ ਵੀ ਮੈਂ ਨਹੀਂ ਜਾਣਾ ਫਿਰ ਜਬਰਦਸਤੀ ਆਇਆ ਅਸੀ ਰਾਤ ਜਦੋਂ ਘਟੜਾਂ ਘਟੀਆਂ ਜਬਰਦਸਤੀ ਆਇਆ ਸੀ ਹਾਂ ਹਾਂ ਜਬਰਦਸਤੀ ਆ ਕਰਿਆ ਕਿ ਕੋਈ ਗੱਲਬਾਤ ਕਰਦਾ ਉਹਨੂੰ ਲੱਗਦਾ ਵੀ ਕੁੜੀ ਨੂੰ ਪਸਤਾਵਾ ਹੋਇਆ ਵੀ ਮੈਂ ਘਰਦਿਆਂ ਤੋਂ ਬਾਹਰ ਜਾ ਕੇ ਵਿਆਹ ਨਹੀਂ ਕਰਾਉਣਾ ਸੀ ਮੈਂ ਗਲਤ ਕੀਤਾ ਇਹਹੀ ਗੱਲ ਹੋਈ ਹੈ ਕੁੜੀ ਨੂੰ ਬਹੁਤ ਮਾਅ ਮੰਨਿਆ ਬਹੁਤ ਕਹਿੰਦੀ ਰਹੀ ਮੈਂ ਬਹੁਤ ਗਲਤ ਕਰ ਰਿਹਾ ਕੰਮ ਕੁੜੀਆਂ ਨੂੰ ਕਹਿੰਦੀ ਰਹੀ ਤੁਸੀਂ ਨਾ ਇਹ ਜਿਹੇ ਕੰਮ ਕਰਿਓ ਵੀ ਮੈਂ ਤਾਂ ਕਰ ਲੈ ਪੜਾਈ ਕਰੋ ਮਾਪਿਓ ਦੀ ਇੱਜ਼ਤ ਕਰੋ ਮੈਂ ਬੋਲ ਨਹੀਂ ਸਕਦੀ ਕੁੜੀ ਮਾਂ ਹਾਂ ਮੈਂ ਤਾਂ ਨਹੀਂ ਵੀ ਨੀ ਚੱਕੀ ਜਾਂਦੀ ਇੱਕ ਗੁਰਦੁਆਰੇ ਗਈ ਇੱਕ ਦਿਨ ਉਹਦੇ ਕੁੜੀਆਂ ਨੇ ਸਮਝਾ ਦੇ ਮੈਂ ਇਥੋਂ ਨਹੀਂ ਵੀ ਚੱਕੀ ਜਾਂਦੀ ਸਾਬ ਝਾਕ ਨਹੀਂ ਸਕਦੀ ਮਾਪੇ ਤੁਸੀਂ ਨਾ ਇਹ ਜਿਹੇ ਕੰਮ ਕਰੋ ਪੜੋ ਮਾਪਿਆਂ ਦਾ ਨਾਮ ਉੱਦਦਾ ਕਰੋ ਬਿਲਕੁਲ ਹੀ ਪੜੋਸੀ ਨੇ ਸਾਰੀ ਗੱਲਬਾਤ ਦੱਸ ਰਹੇ ਨੇ ਕਿ ਆਖਰਕਾਰ ਹੋਇਆ ਕਿਵੇਂ ਸੀ ਦੱਸ ਰਹੇ ਸੀ ਕਿ ਕਰੀਬ 2 2.5 ਸਾਲ ਪਹਿਲਾਂ ਕੋਰਟ ਮੈਰਿਜ ਹੋ ਗਈ ਸੀ ਪਰ ਬਾਅਦ ਦੇ ਵਿੱਚ ਦੋਹੇ ਘਰਾਂ ਦੇ ਵਿੱਚ ਦੋਹੇ ਘਰਾਂ ਦੇ ਵਿੱਚ ਤਲਖੀ ਆਉਂਦੀ ਹੈ ਤਾਂ ਲੜਕੀ ਨੂੰ ਅਸਾਸ ਹੁੰਦਾ ਹੈ ਕਿ ਮੈਨੂੰ ਘਰ ਜਾਂਦੀ ਰਜਾਮੰਦੀ ਨਾਲ ਵਿਆਹ ਕਰਾਉਣਾ ਚਾਹੀਦਾ ਸੀ ਮੈਨੂੰ ਇਸ ਤਰ੍ਹਾਂ ਕੋਰਟ ਮੈਰਿਜ ਨਹੀਂ ਕਰਾਉਣੀ ਚਾਹੀਦੀ ਸੀ ਤੇ ਕੁੜੀ ਨੇ ਆਪਣਾ ਫੈਸਲਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਰਟ ਮੈਰਿਜ ਹੋ ਗਈ ਸੀ ਪਰ ਰਾਤ ਕੀ ਹੋਇਆ ਰਾਤ ਜਿਸ ਤਰ੍ਹਾਂ ਅਲੀਗੇਸ਼ਨ ਲਾਏ ਜਾ ਰਹੇ ਨੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀ ਸ਼ਾਇਦ ਡਰਿੰਕ ਕੀਤੀ ਹੋਈ ਸੀ ਤਲਖੀ ਹੁੰਦੀ ਜੰਦੀ ਹੈ ਕਿ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਤੇ ਨਾ ਕਿਤੇ ਮੰਦ ਭਾਗਾ ਜਰੂਰ ਹੈ ਜਿਸ ਤਰ੍ਹਾਂ ਪੜੋਸੀ ਦੱਸ ਰਹੇ ਨੇ ਹਾਲਾਂਕਿ ਘਰ ਖਾਲੀ ਹੈ ਘਰ ਦੇ ਵਿੱਚ ਕੋਈ ਨਹੀਂ ਹੈ ਪਰ ਕਿਤੇ ਨਾ ਕਿਤੇ ਜਾ ਕੇ ਦੋ ਲੋਕਾਂ ਦਾ ਚਲਾ ਜਾਣਾ ਆਪਣੇ ਆਪ ਦੇ ਜਨਾ ਪੂਰਾ ਹੋਣ ਵਾਲਾ ਘਟਾ ਪਿੰਡ ਦੇ ਵਿੱਚ ਦੱਸ ਰਿਹਾ ਕਿ ਇਸ ਮੁਹੱਲੇ ਦੇ ਵਿੱਚ ਰੋਟੀ ਨਹੀਂ ਪੱਕੀ ਹੈ ਤੜਕੇ ਦੀ ਔਰ ਦੇਰ ਰਾਤ ਹੈ ਜਿਹੜੀ ਘਟਨਾ ਹੋਈ ਹੈ ਕਿਤੇ ਨਾ ਕਿਤੇ ਜਾ ਕੇ ਮੰਦ ਭਾਗੀ ਜਰੂਰ ਹੈ ਪੁਲਿਸ ਨੇ ਇੱਕ ਬੰਦੇ ਨੂੰ ਡਿਟੇਨ ਜਰੂਰ ਕੀਤਾ ਪਰ ਇਹਨਾਂ ਤੋਂ ਦੁਬਾਰੇ ਪੁੱਛ ਲੈਣੇ ਆ ਪੁਲਿਸ ਆਈ ਸੀ ਉਦੋਂ ਬਾਅਦ ਹਾਂਜੀ ਆਉਂਦੀ ਰਹੀ ਹੈ ਪੁਲਿਸ ਕੱਕਾ ਦੋ ਘਾਗੀ ਪੁਲਸ ਰਾਤੀ ਆ ਗਈ ਸੀ ਰਾਤੀ ਆ ਗਈ ਸੀ ਰਾਤ ਨੂੰ ਚੱਕ ਕੇ ਲੈ ਗਈ ਸੀ ਤੋਂ ਪੁਲਸ ਆਈ ਉਹ ਤੋਂ ਬਾਅਦ ਵੀ ਹੁਣ ਵੀ ਸਵੇਰੇ ਸੁਬਾ ਵੀ ਆਈ ਪੁਲਸ ਅੱਛਾ ਰਾਤੀ ਉਹਨੂੰ ਗ੍ਰਿਫਤਾਰ ਕਰਕੇ ਇੱਕ ਵਾਰ ਪੁਲਸ ਲੈ ਗਈ ਸੀਗੀ ਹਾਂਜੀ ਪਰਿਵਾਰ ਨੂੰ ਸਾਰੇ ਨੂੰ ਨਹੀਂ ਕਿ ਕੀ ਲੱਗਦਾ ਵੀ ਉਹਨੇ ਇਕੱਲੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਹੋਰ ਲੋਕ ਵੀ ਸੀ ਨਾਲ ਉਹਨਾਂ ਦੇ ਕੀ ਦੱਸ ਰਿਹਾ ਆਸੇ ਪਾਸੇ ਵਾਲੇ ਨਹੀਂ ਉਸ ਟਾਈਮ ਤੱਕ ਇਕੱਲੇ ਹੀ ਦੱਸ ਦਿਆ ਆਸੇ ਪਾਸੇ ਇਕੱਲੇ ਦੱਸਦੇ ਹਾਂਜੀ ਇਕੱਲੇ ਦੱਸ ਅੱਛਾ ਸਗਾਪਰਾ ਸੀ ਕੁੜੀ ਦਾ ਇਹ ਹਾਂਜੀ ਕੁੜੀ ਦਾ ਸਗਾਪਰਾ ਸੀ ਹੂੰ ਸਗਾਪਰਾ ਸੀ ਕੁੜੀ ਦਾ ਸਗਾਪਰਾ ਸੀ ਆਹੀ ਘਰ ਆ ਕਿੱਥੇ ਆਪ ਬੈਠੇ ਮੁੰਡੇ ਵਾਲਿਆਂ ਦਾ ਘਰ ਹੀ ਹਾਂਜੀ ਹ ਉਹ ਮੁੰਡੇ ਦਾ ਘਰ ਹੈ ਬਲਕਰਨ ਸਿੰਘ ਦਾ ਉਹ ਸਾਹਮਣੇ ਹੀ ਉਹ ਵੀ ਨਹੀਂ ਜੀ ਆਹੀ ਉਹਨਾਂ ਦਾ ਘਰ ਤਾਂ ਉਧਰ ਹੈ ਜੀ ਕੋਠੀ ਪਾਈ ਹੋਈ ਹੈ ਉਹਨਾਂ ਦੀ ਉਧਰ ਅੱਛਾ ਉਹ ਹੁਣ ਇੱਥੇ ਰਹਿੰਦੇ ਸੀਗੇ ਬਠਿੰਡੇ ਰਹਿੰਦੇ ਸੀਗੇ ਨਹੀਂ ਬਠਿੰਡੇ ਰਹਿੰਦੇ ਸੀਗੇ ਉਹ 40 ਸਾਲਾਂ ਦੇ ਉਦੋਂ ਦੇ ਉੱਥੇ ਹੈ ਜੀ ਅੱਛਾ ਹਾਂ ਕੋਨੇ ਵੀ ਬਹੁਤ ਦੁੱਖ ਮਣਾਏ ਜੀ ਕਰਾਤਾ ਬੈਠਾ ਉਹ ਵੀ ਲਮਰਜ ਬਹੁਤ ਜ਼ਿਆਦਾ ਦੁੱਖ ਮਣਾਇਆ ਉਹਨੇ ਵੀ ਉਹ ਵੀ ਪਿੰਡ ਛੱਡ ਕੇ ਚਲਾ ਗਿਆ